ਪੀਤੇ ਸ਼ੁੱਕਰਵਾਰ ਦੁਪਹਿਰ 4 ਵਜੇ ਦੇ ਕਰੀਬ ਯੋਰਕ ਰੀਜਨਲ ਪੁਲਿਸ ਨੂੰ ਵੌਨ ਵਿਖੇ ਜ਼ੈਨਵੇ ਬੁਲੇਵਾਰ ਅਤੇ ਨਿਊ ਹੰਟਿੰਗਟਨ ਰੋਡ ਦੇ ਇੰਟਰਸੈਕਸ਼ਨ ਉੱਤੇ ਸੱਤਿਆ ਗਿਆ ਸੀ ਪੁਲਿਸ ਮੁਤਾਬਕ ਇਸ ਪੈਦਲ ਯਾਤਰੀ ਨੂੰ ਕਿਸੇ ਟ੍ਰਾਂਸਪੋਰਟ ਟਰੱਕ ਵੱਲੋਂ ਟੱਕਰ ਮਾਰੀ ਗਈ ਅਤੇ ਡਰਾਈਵਰ ਕਟਨਾ ਵਾਲੇ ਸਥਾਨ ਉੱਤੇ ਨਹੀਂ ਮਿਲਿਆ ਇਨਵੈਸਟੀਗੇਟਰਸ ਵੱਲੋਂ ਟਰੱਕ ਦੀ ਪਛਾਣ ਕਰ ਲਈ ਗਈ ਸੀ ਅਤੇ ਵਾਹਨ ਤੋਂ ਜ਼ਬਤ ਵੀ ਕਰ ਲਿਆ ਗਿਆ ਸੀ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਦੇ ਅਗਲੇ ਦਿਨ 7 ਨਵੰਬਰ ਨੂੰ ਟਰੱਕ ਡਰਾਈਵਰ 55 ਸਾਲਾ ਸੁੱਚਾ ਸਿੰਘ ਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਪੁਲਿਸ ਨੇ ਸੁੱਚਾ ਸਿੰਘ ਉੱਤੇ ਫੇਲਿੰਗ ਟੂ ਸਟਾਪ ਕੌਜ਼ਿੰਗ ਡੈਥ ਦਾ ਚਾਰਜ ਲਗਾਇਆ ਹੈ ਪੁਲਿਸ ਬਲੋ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਫੁਟੇਜ ਦੀ ਵੀ ਮੰਗ ਕੀਤੀ ਜਾ ਰਹੀ ਹੈ